ਕੋਈ ਦਾ ਇੱਕ ਤੇ ਰੱਖ ਕੇ ਬੱਲੀਏ ਬਿਜ਼ਨਸ ਮੈਂ ਨਾ ਦੇ ਰੀਜ਼ਨ ਬਦਮਾਸ਼ੀ ਦਾ ਹੁੱਕਾ ਫੂਕੀ ਦਾ ਲੰਮੇ ਵਾਲਿਆਂ ਨੂੰ ਬੱਲੀ ਕਹਿੰਦੇ। ਕਰਾਂਗੇ ਜ਼ਰੂਰ ਐਕ ਕਰਦਾ ਨਾਲ ਕੀਤੀ ਪਰ ਕਰਾਂਗੇ ਜ਼ਰੂਰ। ਨਾਲ ਕੋਈ ਜਵਾਨ ਨਹੀਂ ਹੁੰਦਾ ਕਿਲੋ ਤਾਂ ਬਹੁਤ ਕੀਤੀ ਹੋਊ ਆਨੇ ਦਾ ਕਲੱਟ ਹੋ ਗਿਆ ਦਰਵਾਜ਼ਾ। ਜ਼ਿਆਦਾ ਘੱਟ ਦੱਸੂਗਾ ਕੁੜੇ ਜਿਵੇਂ ਕੀ ਚੱਕਿਆ ਕੁੜੇ ਜਾਣ ਦੇ ਹੁਣ ਹੁਣ ਤੈਨੂੰ ਚੱਕੂ ਉਹ ਮਰ ਗਿਆ ਉਹ ਆ ਗਿਆ ਆ ਗਿਆ ਆ ਗਿਆ ਤੁਮਕਾ ਦੇਈ ਤੁਮਕਾ ਦੇਈ ਥੱਲੇ ਨੂੰ ਜਾਨ ਦੇ ਉਹ ਵੜ ਗਿਆ ਉਹ ਵੜ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਜਾਨ ਦੇ ਵਿੱਕੀ ਜਾਨ ਦੇ ਹੁਣ ਪੇਚਾ ਜਾਨ ਦੇ ਨਾਲ ਜਾਨ ਦੇ ਜਾਨ ਦੇ ਜਾਨ ਦੇ ਇਹਨੂੰ ਲਾਲ ਨੂੰ ਚੱਕ ਦੇ ਥੱਲੇ ਤਾੜਿਆ ਉਹ ਨੀ ਨੂੰ ਮੈਂ ਜਾਣਾ ਆ ਗਿਆ ਜਾ ਤੂੰ ਮੈਂ ਤੈਨੂੰ ਮੈਂ ਮਨਾ ਵੀ ਕਰਿਆ ਰੋਮ ਨਾ ਗੁੱਡਾ ਆ ਢਾਈਏ ਇੱਕ ਅੱਧੀ ਵੱਡੀ ਭਰੀ ਦੂਸਰੇ
ਮਾਮਾ ਬੰਦਾ ਵਿਚਾਰਾ ਮੈਂ ਆਹ ਵਲੌਗ ਬਣਾਉਣਾ ਵੀਰ ਹਾਂਜੀ ਮੈਂ ਭਰਾ ਮੇਰੇ ਨਾਲ ਚੱਲਦਾ ਮਜ਼ਾਕ ਪੂਰਾ ਵੀ ਮੈਂ ਚੱਲਦਾ ਕਿ ਨਹੀਂ ਮੋਟੇ ਮੇਰੇ ਦਿੱਤਾ ਮੇਰਾ ਹੈਗਾ 2.5 ਕਿਲੋ ਦਾ ਤੇ ਪ੍ਰਧਾਨ ਦਾ ਵਿਚਾਰਾ ਹੈ ਤੇ ਵੀ ਫਲਾਵਰ ਕੀ ਆ ਅਯੋ ਮੇਰੇ ਛੋਟੇ ਵੱਡੇ ਵੀਰ ਭਰਾਵਾਂ ਨੂੰ ਵਲੌਗ ਸਹੀ ਲੱਗਿਆ ਹੋਊ ਤੇ ਵੀਰ ਭਰਾ ਇੱਕ ਰਿਕੁਐਸਟ ਜੀ ਸਬਸਕ੍ਰਾਈਬ ਨਾ ਕਰੋ ਬਸ ਵੀਡੀਓ ਪੂਰੀ ਜ਼ਰੂਰ ਵੇਖ ਲਿਓ ਸਬਸਕ੍ਰਾਈਬ ਨਾ ਕਰਿਓ ਚੈਨਲ ਨੂੰ ਵੀਡੀਓ ਜ਼ਰੂਰ ਪੂਰੀ ਵੇਖ ਕੇ ਜਾਇਆ ਕਰੋ ਪਲੀਜ਼ ਵੀਰ ਜੀ ਪਲੀਜ਼ ਰਿਕੁਐਸਟ ਵੀਡੀਓ ਪੂਰੀ ਵੇਖ ਲਿਆ ਕਰੋ ਅਤੇ ਵੀਰ ਭਰਾ ਇਸ ਵਾਰੀ ਛੋਟਾ ਜਿਹਾ ਵਲੌਗ ਬਣਿਆ ਸੀ ਆਪਣਾ ਥੋੜ੍ਹਾ ਟਾਈਮ ਬਾਅਦ ਹੋ ਗਿਆ ਸੀ ਅੱਜ ਸਾਨੂੰ ਕਿਤੇ ਗਏ ਸੀਗੇ ਕੰਮ ਤਾਂ ਵਲੌਗ ਨਹੀਂ ਬਣਾ ਪਾਏ ਜਿੰਨਾ ਬਣਾਇਆ ਆ ਸਾਰਾ ਭਰਾ ਹੋਰਾਂ ਨਾ ਆਇਆ ਆਪਣੀ ਇੰਨਾ ਹੀ ਬਣਾਇਆ ਜ਼ਿਆਦਾ ਕੁਛ ਹੈਗਾ ਨਹੀਂ ਸੀ ਆਪਣੇ ਕੋਲ ਅੱਜ ਬਣਾਉਣ ਲਈ ਅਤੇ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਹੁਣ 2-4 ਵਲੌਗਸ ਮਿਲਣੇ ਤੁਹਾਨੂੰ ਕਰਨਾਲ ਦੇ ਮਿਲਣੇ ਬਸੰਤ ਦੇ ਪਚੱਲੇ ਕਰਨਾਲ ਗੁੱਡੀ ਡਾਂ ਉੱਥੇ ਤੁਹਾਨੂੰ ਜ਼ਿਆਦਾ ਵਲੌਗਸ ਮਿਲਣੇ ਆ ਅਤੇ ਆਪਣਾ ਬਹੁਤ ਚੀਜ਼ਾਂ ਇੰਟਰਸਟਿੰਗ ਤੁਹਾਨੂੰ ਵਿਖਾਉਣਗੀਆਂ ਉੱਥੇ ਜਾ ਕੇ ਵੀ ਤੁਹਾਨੂੰ ਪਤਾ ਹਰ ਸਾਲ ਬਸੰਤ 'ਤੇ ਜਾਈਦਾ ਆ ਅਤੇ ਚੱਲਦੇ ਹਾਂ ਇਸ ਵਾਰੀ ਵਾਪਸ ਅਤੇ ਹਜੇ ਇੱਕ ਮਹੀਨਾ ਪਿਆ ਵਾ ਕੋਈ ਗੱਲ ਨਹੀਂ ਜਿੱਦਾਂ ਜਾਵਾਂਗੇ ਤੁਹਾਨੂੰ ਦੱਸ ਕੇ ਜਾਵਾਂਗੇ ਅਤੇ ਗਾਈਜ਼ ਇੰਸਟਾਗ੍ਰਾਮ 'ਤੇ ਤੁਹਾਨੂੰ ਮੈਂ ਲਿੰਕ ਦੇ ਦਿੱਤਾ ਡਿਸਕ੍ਰਿਪਸ਼ਨ 'ਚ ਭਰਾ ਨੂੰ ਛੋਟੇ ਭਰਾ ਨੂੰ ਫੋਲੋ ਜ਼ਰੂਰ ਕਰ ਲਿਓ